بسم اللہ الرحمن الرحیم پروگرام ریلی ਦੇ ਨਾਲ ਡਾਕਟਰ महमूद ਕੁਰਾਸ਼ੀ ਤੁਹਾਡੀ خدمت ਵਿੱਚ حاضر ਹੈ। ਨਾਜ਼ਰੀਨ ਅੱਜ ਅਸੀਂ ਬਾਗਿਜਣਾ ਆਏ ਆ ਇੱਥੇ ਐਗਰੀਕਲਚਰ ਡਿਪਾਰਟਮੈਂਟ ਦਾ ਇੱਕ ਸ਼ੋਭਾ ਫਲੋਰਿਕਲਚਰ ਐਂਡ ਲੈਂਡਸਕੇਪਿੰਗ ਇੱਥੇ ਮੌਜੂਦ ਹੈ। ਤੇ ਕਿਹਾ ਜਾਂਦਾ ਹੈ ਕਿ ਬਾਗ ਹੋਵੇ, ਚਮਨ ਹੋਵੇ, ਗੁਲਸਤਾਨ ਹੋਵੇ ਇਹ ਫੁੱਲਾਂ ਨਾਲ ਹੀ ਸਜਦਾ। ਫੁੱਲ ਅਸੀਂ ਦੇਖਦੇ ਹੋ ਕਿ محکمہ ਜ਼ਰਾਤ ਵੀ ਤੇ ਪੀਐਚਏ ਵੀ ਤੇ ਜੰਗਲਾਤ ਵੀ ਇਹ ਸਾਰੇ ਫੁੱਲ ਵੀ ਉਗਾਰੇ ਨੇ ਸਾਡੇ ਸ਼ਹਿਰਾਂ ਚ ਵੀ ਫੁੱਲ ਨਜ਼ਰ ਆਉਂਦੇ ਨੇ ਲੋਕ ਘਰਾਂ ਦੇ ਵਿੱਚ ਵੀ ਫੁੱਲ ਲਗਾਉਂਦੇ ਨੇ ਅੱਛਾ ਫੁੱਲ ਜਿਹੜੇ ਨੇ ਇਹਨਾਂ ਨੂੰ ਉਗਾਣਾ ਇਹ ਵੀ ਇੱਕ ਬੜਾ ਵੱਡਾ ਆਟੇ ਤੇ ਫੁੱਲ ਕਿਸ तरह ਜ਼ਿਆਦਾ ਲੈਣੇ ਨੇ ਖੂਬਸੂਰਤ ਰੰਗਾਂ ਦੇ ਫੁੱਲ ਕਿਵੇਂ ਕਿਵੇਂ ਅਸੀਂ ਸੋਹਣੇ ਫੁੱਲ ਜ਼ਿਆਦਾ ਲੈਣੇ ਨੇ ਔਰ ਪਾਣੀ ਕਿਹੜੇ-ਕਿਹੜੇ ਵੇਲੇ ਦੇਣਾ ਹੈ ਕੀ ਫੁੱਲਾਂ ਦੇ ਪੌਦਿਆਂ ਨੂੰ ਵੀ ਖਾਦ ਦੀ ਜ਼ਰੂਰਤ ਹੁੰਦੀ ਹੈ ਕੀ ਇਹ ਜਿਹੜੇ ਫੁੱਲਾਂ ਦੇ ਪੌਦੇ ਨੇ ਇਹ ਬਿਮਾਰ ਵੀ ਹੋ ਜਾਂਦੇ ਨੇ ਇਹ ਅਗਰ ਬਿਮਾਰ ਹੋ ਜਾਂਦੇ ਨੇ ਤੇ ਇਹਨਾਂ ਦਾ ਇਲਾਜ ਜਿਹੜਾ ਉਹ ਕਿਸ ਤਰ੍ਹਾਂ ممکن ਹੈ ਇਸ ਸਾਰੀ ਗੱਲਾਂ ਜਾਣਨ ਵਾਸਤੇ ਅੱਜ ਅਸੀਂ ਬਾਗ ਜਨਾ ਦੇ ਵਿੱਚ ਮੌਜੂਦ ਆ ਤੇ ਜਨਾਬ ਡਾਕਟਰ ਰਿਆਜ਼ਉ ਰਹਿਮਾਨ ਸਾਹਿਬ ਜਿਹੜੇ ਕਿ ਡਾਇਰੈਕਟਰ ਫਲੋਰੀ ਕਲਚਰ ਐਂਡ ਲੈਂਡਸਕੇਪਿੰਗ ਇੱਥੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਰਿਹਾ ਮੇਰੇ ਨਾਲ ਆ ਅੱਛਾ ਜੀ ਡਾਕਟਰ ਸਾਹਿਬ ਮੈਂ ਆਪਣੇ ਪ੍ਰੋਗਰਾਮਾਂ ਦਾ ਜਿਹੜਾ ਆਗਾਜ਼ ਹੈ ਉਹ ਇਸ ਸਵਾਲ ਤੋਂ ਕਰਾਂਗਾ ਕਿ ਗੁਲਬਾਨੀ ਤੋਂ ਕੀ ਮਰਾਦ ਹੁੰਦੀ ਹੈ ਡਾਕਟਰ ਸਾਹਿਬ ਸਾਰਿਆਂ ਤੋਂ ਪਹਿਲੇ ਤੇ ਜਨਾਬ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਤਸ਼ਰੀਫ ਲੈ ਕੇ ਆਇਓ ਇਦਾਰਾ ਗੁਲਬਾਨੀ ਵਾ ਚਮਨ ਆਰਾਈ ਫਲੋਰੀਕਲਚਰ ਐਂਡ ਲੈਂਡਸਕੇਪਿੰਗ ਗਵਰਨਮੈਂਟ ਆਫ ਪੰਜਾਬ ਦਾ ਇੱਕ ਇੰਤਹਾਈ ਅਹਿਮ ਇਦਾਰਾ ਹੈਗਾ ਇਦੇ ਵਿੱਚ ਬੇਸਿਕਲੀ ਅਸੀਂ ਅਰਬਨ ਹਾਰਟੀਕਲਚਰ ਦੇ ਉੱਤੇ ਜ਼ਿਆਦਾ ਐਮਫਸਿਸ ਕਰਦੇ ਆਗੇ ਅਰਬਨ ਹਾਰਟੀਕਲਚਰ ਤੋਂ ਮੁਰਾਦ ਹੈ ਵੀ ਕਿ ਆਪਣੇ ਸ਼ਹਿਰਾਂ ਨੂੰ ਆਪਣੇ ਇਲਾਕਿਆਂ ਨੂੰ ਕਿਸ ਤਰ੍ਹਾਂ ਖੂਬਸੂਰਤ ਬਣਾਇਆ ਜਾਵੇ ਔਰ ਨਾਲ ਦੇ ਨਾਲ ਇਹਨਾਂ ਦੇ ਵਿੱਚੋਂ ਆਮਦਨੀ ਦੇ ਜ਼ਰਾਇਏ ਕਿਦਾਂ ਪੈਦਾ ਕੀਤੀ ਜਾਣ ਗੁਲਬਾਨੀ ਤੋਂ ਮੁਰਾਦ ਹੈ ਕਿ ਫੁੱਲ ਪੌਦੇ ਕਿਸ ਤਰ੍ਹਾਂ ਉਗਾਉਣੇ ਚਾਹੀਦੇ ਨੇ ਚਮਨ ਆਰਾਇ ਚਮਨ ਆਰਾਇ ਦਾ ਮਤਲਬ ਹੈ ਕਿ ਤੁਹਾਡੇ ਕੋਲ ਛੋਟਾ ਜਿਹਾ ਬਾਗ ਹੈ ਉਸ ਦੀ ਆਰਾਇਸ਼ ਔਰ ਜ਼ਿਬਾਇਸ਼ ਕਿਸ ਤਰੀਕੇ ਨਾਲ ਇਤਨੀ ਖੂਬਸੂਰਤੀ ਨਾਲ ਤੁਸੀਂ ਕਰੋਗੇ ਲੋਕੀ ਕਹਿਣ ਕਿ ਵਾਕਈ ਜਨਾਬ ਮਹਿਮੂਦ ਸਾਹਿਬ ਨੇ ਕੋਈ ਖੂਬਸੂਰਤ ਬਾਗ ਬਣਾਇਆ ਜਾਂ ਕੋਈ ਖੂਬਸੂਰਤ ਉਹਦੇ ਵਿੱਚ ਨਾ ਲੈਂਡਸਕੇਪਿੰਗ ਦਾ ਜਿਹੜਾ ਅੰਸਰ ਹੈ ਨਾ ਉਹ ਚਮਨਾ ਰਾਜ ਦੇ ਵਿੱਚ ਇੱਕ ਇਸ ਤਰ੍ਹਾਂ ਸਮਝੋ ਕਿ ਇੱਕ ਮੇਨ ਰੋਲ ਪਲੇ ਕਰਦਾ ਹੈਗਾ ਉਹਦੇ ਵਿੱਚ ਅਸੀਂ ਪਲਾਂਟਸ ਦੀ ਮੁxtਲਿਫ ਸ਼ਕਲਾਂ ਦੇ ਕੇ ਪਲਾਂਟਸ ਨੂੰ ਮੁxtਲਿਫ ਅੰਦਾਜ਼ ਦੇ ਵਿੱਚ ਲਾ ਕੇ ਕਿਥੇ ਕਿਆਰੀ ਵੱਡੀ ਚੌੜੀ ਕਰ ਦਿੱਤੀ ਕਿਸੇ ਜਗ੍ਹਾ ਦੇ ਉੱਤੇ ਅਸੀਂ ਗੈਜ਼ਬੂਸ ਦੇ ਦਿੱਤੇ ਕਿਸੇ ਜਗ੍ਹਾ ਟੋਪੀਆਰੀਜ਼ ਦੇ ਦਿੱਤੀਆਂ ਕਿਥੇ ਬੌਨਸਾਈਜ਼ ਲਾ ਦਿੱਤੀਆਂ ਫਿਰ ਹੈਜ ਦੀ ਕਟਿੰਗ ਇਸ ਸਟਾਈਲ ਨਾਲ ਕਰ ਦਿੱਤੀ ਕਿ ਉਹ بڑے ਅੱਖਾਂ ਨੂੰ ਭਲੀ ਮਹਿਸੂਸ ਹੋਵੇ ਲੋਕੀ ਅਟ੍ਰੈਕਟ ਹੋਣ ਕਿ ਯਾਰ ਇਹ ਪੌਦਾ ਤੇ ਅਸੀਂ ਦੇਖਿਆ ਸੀ ਇਹ ਤਾਂ ਵੱਡਾ ਜਿਹਾ ਦਰਖਤ ਸੀ ਇਹ ਇਹਨਾਂ ਨੇ ਕੀ ਗੋਲੀਆਂ ਬਣਾ ਦਿੱਤਾ ਕੋਈ ਬੱਤਕ ਬਣਾ ਦਿੱਤੀ ਕਿਦਰੇ ਮੋਰ ਬਣਾ ਦਿੱਤਾ ਕੋਈ ਕੁਰਸੀ ਬਣਾ ਦਿੱਤੀ ਇਹ तमाम ਚੀਜ਼ਾਂ ਜਿਹੜੀਆਂ ਨੇ ਨਾ ਲੈਂਡਸਕੇਪਿੰਗ ਦੇ ਇੱਕ ਬੁਨਿਆਦੀ ਅਨਾਸਰ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਤੇ ਇਸ ਦਾ ਮਤਲਬ ਗੁਲਬਾਨੀ ਔਰ ਚਮਾਨਾਰਾਈ ਦਾ ਮਕਸਦ ਬੁਨਿਆਦੀ ਤੌਰ ਤੇ ਇਹ ਹੀ ਹੈ ਕਿ ਅਰਬਨ ਏਰੀਆਜ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਕਰ ਜਿਨ੍ਹਾਂ ਦੇ ਕੋਲ ਅਵੇਲੇਬਲ ਨੇ ਉਹ ਆਪਣੇ ਘਰਾਂ ਦੇ ਲਾਨ ਨੂੰ ਕਿਤਨਾ ਖੂਬਸੂਰਤ ਔਰ ਕਿਸ ਤਰੀਕੇ ਨਾਲ ਖੂਬਸੂਰਤ ਬਣਾ ਸਕਦੇ ਲੋ ਜੀ ਨਾਜ਼ਰੀਨ ਅਸਲੇ ਅਸੀਂ ਜਿਹੜੀ ਇਹ ਫੁੱਲ ਫਲ ਵਾੜੀ ਤੇ ਗੱਲ ਕਰ ਰਹੇ ਆਂ ਜਿਹੜੇ ਨਾਜ਼ਰੀਨ ਸਾਡਾ ਇਸਲੇ ਪ੍ਰੋਗਰਾਮ ਦੇਖ ਰਹੇ ਨੇ ਖਵਤੀ ਨੋਜ਼ਰਾਤ ਤੁਸੀਂ ਜਰਾ ਨਜ਼ਦੀਕ ਹੋ ਜਾਓ ਆਪਣੀ ਟੀਵੀ ਦੇ ਇਹ ਮੈਂ ਹੁਣ ਪੁੱਛਣ ਜਾ ਰਿਹਾ ਕਿ ਅਗਰ ਘਰ ਘਰ ਛੋਟੇ ਨਹੀਂ ਹੁੰਦੇ ਸਾਰੇ ਘਰ ਵੱਡੇ ਹੁੰਦੇ ਨੇ ਥੋੜੀ ਜਿਹੀ ਜਗ੍ਹਾ ਉਹਦੇ ਚ ਬਣ ਸਕਦੀ ਏ ਬੇਸ਼ੱਕ 4 ਮਰਲੇ ਦਾ 3 ਮਰਲੇ ਦਾ 5 ਮਰਲੇ ਦਾ ਘਰ ਹੋਵੇ ਤੇ ਅਸੀਂ ਉੱਥੇ ਵੀ ਪੌਦੇ ਰੱਖ ਸਕਨੇ ਆ ਤੇ ਡਾਇਰੈਕਟਰ ਸਾਹਿਬ ਨੂੰ ਪੁੱਛਦੇ ਆ ਕਿ ਅਸੀਂ ਘਰ ਦੇ ਵਿੱਚ ਅਗਰ ਥੋੜੀ ਜਿਹੀ ਜਗ੍ਹਾ ਈ ਹੈ ਤੇ ਉਹਦੀ ਲੈਂਡਸਕੇਪਿੰਗ ਕਿਵੇਂ ਕਰਨੀ ਹੈ ਤੇ ਪੌਦੇ ਜਿਹੜੇ ਨੇ ਘਰਾਂ ਦੇ ਵਿੱਚ ਕਿਹੜੀ ਕਿਸਮ ਦੇ ਲਾਣੇ ਨੇ ਜੀ ਡਾਇਰੈਕਟਰ ਸਾਹਿਬ ਘਰਾਂ ਦੀ ਇਹ ਖੂਬਸੂਰਤੀ ਤੋਂ ਇਲਾਵਾ ਇਹਨਾਂ ਪੌਦਿਆਂ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਘਰ ਦੇ ਵਿੱਚ ਜਿੰਨੀ ਮੁਖਤਲਿਫ ਐਬਨੌਕਸ਼ੀਅਸ ਗੈਸਿਸ ਜਿਸ ਨੂੰ ਅਸੀਂ ਕਹਿੰਦੇ ਆ ਮੁਜ਼ਰਰ ਸਿਹਤ ਗੈਸਿਸ ਕਿਚਨ ਦੇ ਵਿੱਚ ਤੁਹਾਡੇ ਹਰ ਵੇਲੇ ਕੋਈ ਨਾ ਕੋਈ ਸ਼ੈ ਪੱਕ ਰਹੀ ਹੈ ਕੁਕਿੰਗ ਹੋ ਰਹੀ ਹੈ ਘਰ ਦੇ ਵਿੱਚ ਅਨਮਲ ਕੀਤਾ ਪੇਂਟ ਕੀਤਾ ਦਰਵਾਜ਼ਿਆਂ ਦੇ ਉੱਤੇ ਪੇਂਟ ਕੀਤਾ ਬਾਹਰ ਦੀ ਗੰਦੀ ਹਵਾ ਜਿਹੜੀ ਆ ਗਈ ਉਹ ਬਦਬੂ ਲੈ ਆਈ ਤੁਹਾਡੇ ਇਹ ਪੌਦੇ ਜਿਹੜੇ ਨੇ ਨਾ ਇਹ ਘਰਾਂ ਦੇ ਵਿੱਚ ਰੱਖਣ ਦਾ ਫਾਇਦਾ ਹੁੰਦਾ ਹੈ ਕਿ ਇਹ ਆਪਣੇ ਘਰਾਂ ਦੇ ਵਿੱਚੋਂ ਨਾ ਹਵਾ ਨੂੰ ਬਹੁਤ ਤੇਜ਼ੀ ਨਾਲ ਸਾਫ਼ ਕਰਦੇ ਨੇ ਘਰ ਦੇ ਵਿੱਚ ਕੋਈ ਐਸੀ ਜਗ੍ਹਾ ਜਿੱਥੇ ਥੋੜੀ ਜੀ ਧੁੱਪ ਆਂਦੀ ਹੋਵੇ ਜਾਂ ਰੋਸ਼ਨੀ ਬਹੁਤ ਅੱਛੀ ਆ ਰਹੀ ਹੋਵੇ ਕੋਈ ਖਿੜਕੀ ਹੈ ਕੋਈ ਸ਼ੇਡ ਹੈ ਕੋਈ ਦਰਵਾਜ਼ੇ ਦੇ ਨਜ਼ਦੀਕ ਤੁਸੀਂ ਪੌਦੇ ਉੱਥੇ ਰੱਖ ਸਕਦੇ ਹੋ ਪੌਦਿਆਂ ਨੂੰ ਕਿਸੇ مختلف ਸ਼ਕਲਾਂ ਦੇ ਵਿੱਚ ਤੁਸੀਂ ਆਰਗੇਨਾਈਜ਼ ਕਰਾ ਸਕਦੇ ਹੋ ਔਰ ਇਨਡੋਰ ਹਾਊਸ ਪਲੈਂਟਸ ਜਿਹੜੇ ਨੇ ਨਾ ਉਹ ਹੁਣ ਮਾਸ਼ਾਅੱਲਾ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਉਹ ਤਮਾਮ ਦੇ ਤਮਾਮ ਤੁਸੀਂ ਉਥੇ ਲਾ ਸਕਦੇ ਹੋ ਉਹਨਾਂ ਦੇ ਵਿੱਚ ਕੋਈ ਕਈ ਪਲਾਂਟ ਐਸੇ ਨੇ ਜਿਹੜੇ ਕੇਅਰ ਫਰੀ ਨੇ ਐਲੋਵੀਰਾ ਜਿਸ ਨੂੰ ਅਸੀਂ ਪੁਰਾਣੇ ਜ਼ਮਾਨੇ ਚ ਕੂਆਰ ਗੰਦਲ ਕਹਿੰਦੇ ਸੀ ਐਲੋਵੀਰਾ ਇੱਕ ਬਿਹਤਰੀਨ ਪੌਦਾ ਹੈਗਾ ਐਸੀ ਤਰੀਕੇ ਨਾਲ ਤੁਸੀਂ ਸੈਂਸੋਵੀਰੀਆ ਜੀ ਬਹੁਤ ਲੰਬਾ ਜਿਹਾ ਇੱਕ ਪੌਦਾ ਹੁੰਦਾ ਉਹ ਹਵਾ ਨੂੰ ਖਾਸ ਤੌਰ ਤੇ ਬਹੁਤ ਜ਼ਿਆਦਾ ਸਾਫ਼ ਕਰਦਾ ਹੈ ਕਾਰਬਨ ਡਾਈਆਕਸਾਈਡ ਨੂੰ ਬਹੁਤ ਤੇਜ਼ੀ ਨਾਲ ਆਪਣੇ ਅੰਦਰ ਐਬਜ਼ਰਬ ਕਰ ਲੈਂਦਾ ਹੈ ਆਕਸੀਜਨ ਰਿਲੀਜ਼ ਕਰਦਾ ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਜਿਸਲੇ ਅਸੀਂ ਘਰ ਦੇ ਵਿੱਚ ਕੋਈ ਜਗ੍ਹਾ ਦਾ ਤੈਅਨ ਕਰ ਲਿਆ ਤੇ ਸਭ ਤੋਂ ਪਹਿਲਾਂ ਅਸੀਂ ਕੀ ਕੰਮ ਕਰਨਾ ਹੈ ਉਹਦੀ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਅਗਰ ਤੇ ਜੇ ਜ਼ਮੀਨ ਅਵੇਲੇਬਲ ਹੈ ਤੁਹਾਡੇ ਕੋਲ ਫਿਰ ਤੇ ਪਹਿਲੇ ਸਾਰਿਆਂ ਤੋਂ ਪਹਿਲੇ ਉਸ ਦੀ ਗੁੜਾਈ ਕਰ ਲਈ ਰੋਸ਼ਨ ਵਾਲੀ ਸਾਈਡ ਰੋਸ਼ਨੀ ਵਾਲੀ ਸਾਈਡ ਦੇ ਉੱਤੇ ਜ਼ਮੀਨ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਅਗਰ ਜ਼ਮੀਨ ਨਹੀਂ ਹੈਗੀ ਤਾਂ ਸਾਦੀ ਜੀ ਗੱਲ ਹੈ ਗਮਲੇ ਲੈ ਲਓ ਕੋਈ ਪੁਰਾਣੀ ਟੁੱਟੇ ਭਜੇ ਕ੍ਰੇਟ ਲੈ ਲਓ ਕੋਈ ਕਰਦੇ ਵੀ ਟੱਬ ਟੁੱਟਿਆ ਹੋਇਆ ਹੈ ਨਾਣ ਦਾ ਜਾਂ ਨਾਣ ਦੀ ਬਾਲਟੀ ਟੁੱਟੀ ਹੋਈ ਹੈ ਉਹ ਲੈ ਲਓ ਉਹਦੇ ਵਿੱਚ ਤੁਸੀਂ ਸਾਫ਼ ਸੁਥਰੀ ਮੱਟੀ ਦੀ ਉਸ ਦੇ ਵਿੱਚ ਗੋਬਰ ਦੀ ਖਾਦ ਮਿਕਸ ਕਰ ਲਓ ਬਾਜ਼ਾਰੋਂ ਪੌਦੇ ਲੈ ਕੇ ਤੇ ਤੁਸੀਂ ਉਹਦੇ ਵਿੱਚ ਲਾ ਸਕਦੇ ਹੋ ਇੱਕ ਵਾਰੀ ਬਾਜ਼ਾਰੋਂ ਖਰੀਦਣਾ ਪੈਂਦਾ ਪੌਦਾ ਉਸ ਤੋਂ ਬਾਅਦ ਚਾਹੇ ਤੇ ਤੁਸੀਂ ਉਸ ਦੀ ਕਟਿੰਗਸ ਬਣਾ ਕੇ ਅੱਗੇ ਦੋਸਤਾਂ ਨੂੰ ਤੋਹਫ਼ਤਾਂ ਦੇ ਦਿਓ ਉਹਨਾਂ ਦੇ ਕੁਝ ਪੌਦੇ ਐਸੇ ਨੇ ਜਿਨ੍ਹਾਂ ਜਣਾ ਦੇ ਨਾਲ ਆਪਣੇ ਬੱਚੇ ਬਹੁਤ ਛੱਡਦੇ ਨੇ ਉਹਨਾਂ ਬੱਚਿਆਂ ਨੂੰ ਅਲੱਗ-ਅਲੱਗ ਕਰਨ ਤੋਂ ਬਾਅਦ ਛੋਟੇ ਗਮਲੇਾਂ ਵਿੱਚ ਸ਼ਿਫਟ ਕਰ ਦਿਓ ਉਹ ਵੀ ਤੁਸੀਂ ਆਪਣੇ ਦੋਸਤ ਆਬਾਬ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇ ਤੌਰ ਤੇ ਦੇ ਸਕਦੇ ਹੋ ਲੋ ਜੀ ਨਾਜ਼ਰੀਨ ਜ਼ਮੀਨ ਦੀ ਤਿਆਰੀ ਹੋ ਚੁੱਕੀ ਹੈ ਘਾਰ ਤੁਹਾਡਾ ਜਿਹੜਾ ਉਹ ਤੁਸੀਂ ਜਿਸ ਤਰ੍ਹਾਂ ਦੱਸਿਆ ਹੈ ਡਾਇਰੈਕਟਰ ਸਾਹਿਬ ਨੇ ਕਿ ਜ਼ਮੀਨ ਦੀ ਤਿਆਰੀ ਕਿਵੇਂ ਕਰਨੀ ਹੈ ਗੋਬਰ ਦੀ ਖਾਦ ਪਾਣੀ ਹੈ ਪੌਦਾ ਇੱਕ ਵਾਰ ਹੀ ਲੈ ਆਣਾ ਹੈ ਫੇਰ ਬਾਜ਼ ਪੌਦੇ ਐਸ ਨੇ ਜਿਨ੍ਹਾਂ ਦੇ ਅੱਗੋਂ ਬੱਚੇ ਵੀ ਪੈਦਾ ਹੋ ਜਾਂਦੇ ਨੇ ਉਹ ਬੱਚਿਆਂ ਨੂੰ ਤੁਸੀਂ ਤਿਆਰ ਕਰਕੇ ਤੇਨੋਂ ਅੱਗੇ ਵਧਾ ਸਕਦੇ ਹੋ ਤੇ ਇਹਨੂੰ ਅਸੀਂ مزید ਕਿਵੇਂ ਸਜਾਣਾ ਆਓ ਵੇਖਦੇ ਅੱਛਾ ਡਾਇਰੈਕਟਰ ਸਾਹਿਬ ਇਹ ਫਰਮਾਓ ਕਿ ਜ਼ਮੀਨ ਦੀ ਤਿਆਰੀ ਹੋ ਗਈ ਖਾਦ ਵੀ ਪੈ ਗਈ ਪੌਦੇ ਵੀ ਆ ਗਏ ਤੇ ਹੁਣੇ ਪੌਦੇ ਲਾਣੇ ਕਿਸਰ ਬਹੁਤ ਆਸਾਨ ਤਰੀਕਾ ਹੈ ਇਸ ਦਾ ਕਿ ਅਗਰ ਤੇ ਤੁਸੀਂ ਸਿਰਫ ਮੌਸਮੀ ਪਨੀਰੀਆਂ ਲੈ ਕੇ ਆਂਦੀਆਂ ਨੇ ਯਾਨੀ ਫਲਾਵਰਸ ਵਾਸਤੇ ਜਿਹੜਾ ਹੁਣ ਦਸੰਬਰ ਦਾ ਮਹੀਨਾ ਦੇ ਵਿੱਚ ਮੈਕਸਿਮਮ ਲੱਗੇ ਛੋਟੀ ਛੋਟੀ ਪਨੀਰੀਆਂ ਹੁੰਦੀਆਂ ਨੇ ਇੱਕ ਇੱਕ ਗਮਲੇ 'ਚ ਤਿੰਨ ਤਿੰਨ ਪੌਦੇ ਲਾ ਕੇ ਤੇ ਉਹਨਾਂ ਨੂੰ ਜੜ ਦੇ ਨਾਲ ਆਪਣਾ ਤਨੇ ਦੇ ਨਾਲ ਹਲਕਾ ਹਲਕਾ ਦਬਾ ਕੇ ਤੁਸੀਂ ਸਾਦਾ ਜਿਹਾ ਪਾਣੀ ਦੇ ਦਿਓ ਤੋੜਾ ਪੌਦਾ ਜਿਹੜਾ ਹੈ ਨਾ 40 ਤੋਂ 45 ਦਿਨ ਦੇ ਵਿੱਚ ਫਲਾਵਰਿੰਗ ਦੇ ਉੱਤੇ ਆ ਜਾਏਗਾ ਆ ਜਾਏਗਾ ਅਗਰ ਤੇ ਹਾਊਸ ਪਲੈਂਟ ਹੈ ਤੇ ਹਾਊਸ ਪਲੈਂਟ ਦੇ ਵਿੱਚੋਂ ਮੱਟੀ ਗਮਲੇ ਦੀ ਅੱਧੀ ਕਰਨ ਤੋਂ ਬਾਅਦ ਹਾਊਸ ਪਲੈਂਟ ਲਾ ਕੇ ਉਹਦੇ ਵਿੱਚ ਬਾਕੀ ਮੱਟੀ ਪੂਰੀ ਕਰਨ ਤੋਂ ਬਾਅਦ ਉਸ ਨੂੰ ਆਰਾਮ ਨਾਲ ਦਬਾ ਦਿਓ ਉਸ ਦੇ ਤਨੇ ਦੇ ਨਾਲੋਂ ਤਾਂ ਕਿ ਉਸ ਦੀ ਜੜ ਮਜ਼ਬੂਤ ਹੋ ਕੇ ਬੈਟਰਨ ਹੋ ਜਾ। ਅੱਛਾ ਡਾਇਰੈਕਟਰ ਸਾਹਿਬ ਇਸ ਮੌਕੇ ਤੇ ਜਿਹੜੇ ਨਾਜ਼ਰੀ ਸਾਡਾ ਪ੍ਰੋਗਰਾਮ ਵੇਖ ਰਹੇ ਨੇ ਫੁੱਲ ਉਗਾਣਾ ਚਾਹ ਰਹੇ ਨੇ ਆਪਣੇ ਘਰ ਨੂੰ ਆਪਣੇ ਸ਼ਹਿਰ ਨੂੰ ਆਪਣੇ ਮੁਲਕ ਨੂੰ ਖੂਬਸੂਰਤ ਬਣਾਉਣਾ ਚਾਹ ਰਹੇ ਨੇ ਕੀ ਮਸੁਰਦੇ ਹੋਗੇ। ਜਿਸ ਤਰ੍ਹਾਂ ਸਾਡੇ ਅਰਬਨਾਈਜੇਸ਼ਨ ਹੈ ਸ਼ਹਿਰੀ ਵਧਦੇ ਚਲੇ ਗਏ ਨੇ ਮਕਾਨ ਛੋਟੇ ਹੁੰਦੇ ਚਲੇ ਗਏ ਨੇ ਲੇਕਿਨ ਉਸ ਦੇ ਨਾਲ ਨਾਲ ਹੀਟ ਦੀ ਇੰਟੈਂਸਿਟੀ ਜਿਹੜੀ ਹੈ ਨਾ ਵਧਦੀ ਚਲੀ ਗਈ ਹੈ। ਮੈਂ ਆਪਣੇ ਸਾਰੇ ਪਾਕਿਸਤਾਨੀ ਭਰਾਵਾਂ ਨੂੰ ਕਵਾਂਗਾ ਆਪਣੇ ਘਰ ਦੀ ਛੱਤ ਨੂੰ ਨਾ ਆਪਣਾ ਬਾਗ ਬਣਾ ਲਓ। ਉਹਦੇ ਤੇ مختلف ਪਾਰਟਸ ਰੱਖਣ ਤੋਂ ਬਾਅਦ ਉਹਦੇ ਵਿੱਚ ਆਪਣਾ ਜਿਹੜੇ ਵੀ ਪੌਦੇ ਤੁਹਾਨੂੰ ਅਵੇਲੇਬਲ ਹੁੰਦੇ ਨੇ ਆਸਾਨੀ ਨਾਲ ਮਿਲਦੇ ਨੇ ਆਪਣੇ ਘਰ ਦੀ ਛੱਤ ਨੂੰ ਆਪਣਾ ਬਾਗ ਬਣਾ ਲਓ ਉਹਦੇ ਨਾਲ ਤੁਹਾਡੇ ਆਕਸੀਜਨ ਵੀ ਮਿਲੇਗੀ ਤੁਹਾਡੀ ਹਰੀਿਆਲੀ ਬਣੇਗੀ ਤੁਹਾਡਾ ਮਾਈਕਰੋ ਕਲਾਈਮੇਟ ਕਰੀਏਟ ਹੋਏਗਾ ਔਰ ਅਗਰ ਤੁਸੀਂ ਉਸ ਦੇ ਵਿੱਚ ਸਬਜ਼ੀਆਂ ਲਾਣਾ ਚਾਹੋ ਤਾਂ ਤੁਹਾਨੂੰ ਸਬਜ਼ੀਆਂ ਵੀ ਆਰਾਮ ਨਾਲ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਘਰ ਦੀ ਛੱਤ ਨੂੰ ਆਪਣਾ ਬਾਗ ਬਣਾਉਣ ਦਾ ਮੇਰਾ ਪੈਗਾਮ ਹੈ ਕਿ ਤਮਾਮ ਸ਼ਹਿਰੀ ਆਪਣੀ ਆਪਣੀ ਛੱਤਾਂ ਨੂੰ ਆਪਣੀ ਆਪਣੀ ਬਾਲਕਨੀਜ਼ ਨੂੰ ਆਪਣਾ ਬਾਗ ਬਣਾਓ ਨਾਜ਼ਰੀਨ ਹੁਣ ਅਸੀਂ ਤੁਹਾਡੀ ਗੱਲ ਕਰਾਂਦੇ ਆ ਮਮਦ ਅਬਦੁਲਸਲਾਮ ਖਾਨ ਸਾਹਿਬ ਜਿਹੜੇ ਕਿ ਇਨਸਟ੍ਰਕਟਰ ਨੇ ਇਹਨਾਂ ਨੂੰ ਪੁੱਛਨੇ ਆ ਕਿ ਇਹ ਕਿਹੜੀ ਕਿਸਮ ਦੇ ਪੌਦੇ ਲੱਗੇ ਨੇ ਇਹ ਹੁਣ ਮਦਰ ਪਲੈਂਟ ਯਰ ਲਾਇਨੇ ਨੇ ਇਹ ਹੈ ਕਾਰਡੀ ਲਾਈਨ ਕਾਰਡੀ ਲਾਈਨ ਦੇ ਵਿੱਚ ਇੱਕ ਵੈਰਾਈਟੀ ਹੈ ਕੈਂਡੀ ਕੈਨ ਹੁਣ ਇਸ ਦੇ ਪੱਤੇ ਦੇ ਵਿੱਚ ਹੈ ਵਾਈਟ ਕਲਰ ਦੀ ਸਟ੍ਰੀਕਸ ਨੇ ਤੇ ਨਾਲ ਹੀ ਇਹ ਜਰਮਨੀ ਕਲਰ ਹੈ ਇਸ ਦੇ ਕਿਨਾਰੇ ਦੇ ਉੱਤੇ ਤੇ ਇਹ ਮਦਰ ਪਲੈਂਟ ਲਾਇਨੇ ਤੇ ਮਦਰ ਪਲੈਂਟ ਯਰ ਹੁੰਦਾ ਹੈ ਅਸੀਂ ਇਹ ਸਾਲ ਦੇ ਵਿੱਚ ਇਸ ਦੇ ਵਿੱਚ ਇਹ ਆਪਣਾ ਮਾਰਚ ਅਪ੍ਰੈਲ ਦੇ ਵਿੱਚ ਤੇ ਬਰਸਾਤ ਦੇ ਮੌਸਮ ਦੇ ਜੀ ਇਸ ਦੀ ਟਿਪ ਕਟਿੰਗ ਵੀ ਲੈ ਸਕਦੇ ਆ ਤੇ ਨਾਲ ਇਸ ਦੀ ਹੈ ਸੌਫਟ ਰੂਟ ਕਟਿੰਗ ਵੀ ਲੈ ਸਕਦੇ ਆ ਤੇ ਇਸ ਨਰਸੀ ਦੇ ਵਿੱਚ ਹੀ ਅਸੀਂ ਹੈ ਇੱਕ ਹਿੱਸਾ ਮਖੂਸ ਕੀਤਾ ਹੋਇਆ ਹੈ ਮਦਰ ਪlant ਵਾਸਤੇ ਤੋਂ ਇਸ ਦੇ ਵਿੱਚ ਹੀ ਹੈ ਕੈਂਡੀ ਕੈਨ ਦੇ ਪੌਦੇ ਨੇ ਡ੍ਰੈਸੀਨੀਆ ਦੇ ਇਸ ਦੇ ਇਲਾਵਾ ਡ੍ਰੈਸੀਨੀਆ ਮਾਰਜੀਨੇਟਾ ਹੈ ਇਸ ਦੇ ਇਲਾਵਾ ਟ੍ਰੈਡਿਸ ਕੈਂਸ਼ੀਆ ਜ਼ੈਬਰੀਨਾ ਹੈ ਇਸੇਲਾ ਇਸ ਦੇ ਇਲਾਵਾ ਨਾਲ ਹੀ ਹੈ ਉਸ ਦੇ ਨਾਲ ਅੰਬ ਦੀ ਗ੍ਰਾਫਟਿੰਗ ਵਾਸਤੇ ਵੀ ਅਸੀਂ ਦੇਸੀ ਪੌਦੇ ਲਾਏ ਹੋਏ ਨੇ ਇਸ ਇਸ ਤਰ੍ਹਾਂ ਹੈਡੀਚੀਮ ਦੇ ਪੌਦੇ ਨੇ ਪਾਂਡਾ ਫਾਈਕਸ ਨੇ ਜਿਸੀ ਅਸੀਂ ਟੁਪੇਰੀਆਂ ਬਣਾਉਂਦੇ ਆ ਤੋਂ ਮਦਰ ਪਲਾਂਟ ਇਸ ਵਾਸਤੇ ਬੰਨੇ ਦੇ ਇਰਦਗਿਰਦ ਲਾ ਦਿੰਦੇ ਆ ਤਾਂ ਕਿ ਸਾਰਾ ਸਾਲ ਸਾਨੂੰ ਜ਼ਰੂਰਤ ਪਵੇ ਕਿਸੇ ਵੇਲੇ ਬੱਚੇ ਨੂੰ ਸਿਖਾਉਣ ਵਾਸਤੇ ਕਿ ਸਾਨੂੰ ਮਟੀਰੀਅਲ ਹੈ ਈਜ਼ੀਲੀ ਮਿਲ ਜਾਏ ਔਰ ਵਕਤ ਦੀ ਬਚਤ ਹੋ ਜਾਏ ਨਾਜ਼ਰੀਨ ਅਬਦੁਲਸਲਾਮ ਖਾਨ ਸਾਹਿਬ ਨੇ ਤੁਹਾਨੂੰ ਬੜਾ ਤਫਸੀਲ ਦੇ ਨਾਲ ਦੱਸਿਆ ਪੌਦਿਆਂ ਦੀ ਮੁਖਤਲਫ اقسام ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਨਾਮ ਲਾਏ ਨੇ ਤੇ ਹੁਣ ਅੱਜ ਕੱਲ ਤੇ ਜਿਹੜੇ ਪੰਜਾਬੀ ਉਰਦੂ ਦੇ ਵਿੱਚ ਵੀ ਇਹੀ ਨਾਮ ਇਸਤੇਮਾਲ ਹੁੰਦੇ ਨੇ ਗੱਲ ਨਾਵਾਂ ਦੀ ਨਹੀਂ ਗੱਲ ਪੌਦਿਆਂ ਦੀ ਹੈ ਪੌਦੇ ਕੁਝ ਇਨਡੋਰ ਪਲਾਂਟ ਹੁੰਦੇ ਨੇ ਕੁਝ ਆਊਟਡੋਰ ਪਲਾਂਟ ਹੁੰਦੇ ਨੇ ਗੱਲ ਇਹ ਵੇ ਕਿ ਅਸੀਂ ਆਪਣੀਆਂ ਛੱਤਾਂ ਆਪਣੇ ਜਿਹੜੇ ਸਾਡੀ ਖੁੱਲੀ ਜਗ੍ਹਾ ਘਰ ਦੀ ਜਾਂ ਅਸੀਂ ਦੇਹਤਾਂ ਦੇ ਵਿੱਚ ਆ ਉਹਨਾਂ ਕੋਲ ਤਾਂ ਬਹੁਤ ਜਗ੍ਹਾ ਹੁੰਦੀ ਏ ਤੇ ਉੱਥੇ ਅਸੀਂ ਫੁੱਲਾਂ ਵਾਲੇ ਪੌਦੇ ਜ਼ਰੂਰ ਲਾਣੇ ਨੇ ਫੁੱਲਾਂ ਦੇ ਪੌਦਿਆਂ ਨਾਲ ਬੜੀ ਖੂਬਸੂਰਤੀ ਹੁੰਦੀ ਏ ਹੁਣ ਅਸੀਂ ਇੱਕ ਇਨਸਟ੍ਰਕਟਰ ਫੀਮੇਲ ਉਹਨਾਂ ਨਾਲ ਗੱਲ ਕਰਨੇ ਆ ਕਿ ਇੱਥੇ ਕਿਸ ਤਰ੍ਹਾਂ ਦੀ ਤਰਬੀਅਤ ਦਿੱਤੀ ਜਾਂਦੀ ਏ ਤੇ ਕਿਹੜੀ ਕਿਸਮ ਦੇ ਲੋਕ ਆਉਂਦੇ ਨੇ ਤਰਬੀਅਤ ਲੈਣ ਲਈ ਆਓ ਵੇਖੀਏ ਹਰਵਾ ਬਤੂਲ ਸਾਹਿਬਾ ਜੂਸੀ ਮਾਸ਼ਾਅੱਲਾਹ ਇੰਸਟ੍ਰਕਟਰ ਹੋ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਇੱਥੇ ਲੋਕ ਜਿਹੜੇ ਤਰਬੀਅਤ ਲੈਣ ਆਉਂਦੇ ਨੇ ਫੁੱਲ ਫਲਵਾੜੀ ਬਾਰੇ ਤੇ ਉਹ ਕਿੱਥੋਂ ਕਿੱਥੋਂ ਆਉਂਦੇ ਨੇ ਔਰ ਕਿਸ ਤਰ੍ਹਾਂ ਦੇ ਲੋਕ ਹੁੰਦੇ ਨੇ एक्चुअली में हमारे इधर काफ़ी हैं मोस्टली ज़्यादातर आते हैं हॉबीस्ट आते हैं जो मतलब प्लांट्स uh, लवर्स होते हैं और फिर कुछ ऐसे होते हैं जो स्टूडेंट्स आते हैं मतलब जिनकी डिग्रीज कंप्लीट हो गई हैं कुछ मैट्रिक के स्टूडेंट्स आते हैं वो आके यहाँ से मतलब uh, हम लोग से ट्रेनिंग्स लेते हैं और कुछ ऐसे डिपार्टमेंटल्स हैं मतलब जैसे सी डी एस ए पी एच एस ए और डिफरेंट uh, ऑर्गेनाइजेशन से लोग हमें ज्वाइन करते हैं डिफरेंट uh, एस्पेक्ट्स पे हम लोग उन्हें ट्रेनिंग्स प्रोवाइड करते हैं और uh, ताकि वो फिर अपने तरबियत कितने दिन दिन दी एक्चुअली में यहाँ हम लोगों के पास थ्री डिफरेंट टाइप ऑफ हम लोग कोर्सेज करवा रहे हैं जिसमें हम लोगों का एक वन ईयर का डिप्लोमा कोर्स है और एक हम लोगों का है थ्री मंथ्स का कोर्स है और एक हम लोगों का है फिफ्टीन uh, डेज़ का है वो जस्ट फॉर लेडीज के लिए हम लोगों के अच्छा लेडीज़ की गल की थी तो असल जीडी खान साख रही ने ਤੇ ਫੁੱਲ ਫੁੱਲ ਬਾੜੀ ਦੇ ਵਿੱਚ ਉਹ ਮਤਲਬ ਖਾਸ਼ਮੰਦ ਨੇ ਤੇ ਉਹਨਾਂ ਨੂੰ ਕੀ ਚੁਸੀ ਪੈਗਾਮ ਦੇਵੋਗੇ मैं उनको ये मैसेज सुूँगी कि मतलब आ, अगर आपको इस फील्ड में इंटरेस्ट है तो हम लोग कुछ भी कर सकते हैं ठीक है थीके? हम लोग घर बैठे भी अच्छा खासा मतलब इस फील्ड के थ्रू हम लोग अर्न कर सकते हैं अगर आप लोगों को हाउस प्लांट से रिलेटेड ना हाउ है आप लोगों को पता है आप लोगों को उनके आइडेंटिफिकेशन के बारे में पता है आपको उनके रिक्वायरमेंट के बारे में पता है तो आप इसका प्लान से रिलेटेड अपना एक ऑनलाइन बिजनेस है वो भी आप स्टार्ट कर सकते हो और हाउस प्लांट से रिलेटेड कर सकते हो आप लोग स्टार्ट अपने डिफरेंट प्रोडक्ट्स बना के आप ऑनलाइन सेल भी कर सकते हो ਨਾਜ਼ਰੀਨ ਲੋਕ ਜਿਹੜੇ ਨੇ ਫੁੱਲਾਂ ਨੂੰ ਉਗਾ ਕੇ ਨਾ ਸਿਰਫ ਉਹਦੀ ਖੂਬਸੂਰਤੀ ਹਾਸਲ ਕਰ ਰਹੇ ਨੇ ਬਲਕਿ ਇਹਨੂੰ ਸੇਲ ਕਰਕੇ ਤੇ ਬੜੀ ਆਮਦਨ ਵੀ ਹਾਸਲ ਕਰ ਰਹੇ ਨੇ ਤੇ ਤੁਸੀਂ ਇਹ ਦੱਸੋ ਕਿ ਜਿਹੜੇ ਲੋਕ ਕਮਰਸ਼ੀਅਲੀ ਤੌਰ ਤੇ ਫੁੱਲ ਉਗਾ ਰਹੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ कमर्शियली में मतलब जैसे अगर हम लोग बात करें कि हमारे आ, जैसे कराची लाहौर और इस्लामाबाद में बहुत बड़ी मार्केट्स मौजूद हैं जो कमर्शियल लेवल पे मतलब वर्किंग कर रहे हैं और आ, बट ये है कि अगर मैं कमर्शियली पॉइंट ऑफ व्यू से बात करूं तो हमें आ, अगर हम लोगों ने अपनी चीज़ों को एक्सपोर्ट करना है तो हमें एटलीस्ट इंटरनेशनल के जो रिक्वायरमेंट्स हैं हमें उनको फुलफ़िल करना होगा उनकी हमें डिमांड्स तक हमें पहुँचना होगा तभी मतलब हम लोग आ, अच्छा हम लोग फ्लोरिश कर सकते हैं इस फील्ड में और जैसे है हमारे पत्तों की में हम लोग कह सकते हैं कि वो हमारे पाकिस्तान की हब फील्ड है वहाँ बहुत ज़्यादा जो फार्मर्स हैं वो वर्क कर रहे हैं और हम लोग ट्रेनिंग्स भी फार्मर्स को इसलिए देते हैं ताकि वो ज़्यादा से ज़्यादा जो लोग हैं इस फील्ड में अपने आप को इन्वॉल्व करें और अपने आप को फ्लोरिश करें नाजरीन असी ओ खुश नसीब मुलक बशिंदे हैं जिते चार खूबसूरत मौसम ने ਤੇ ਮੁxtਲਿਫ ਮੁਕਾਮਾਤ ਨੇ ਮਿੱਟੀ ਮੁxtਲਿਫ ਹੈ ਹਰ ਜਗ੍ਹਾ ਫੁੱਲ ਜੜੇ ਨੇ ਉਹ ਮੁxtਲਿਫ ਤਰਜ਼ ਦੇ ਹੁੰਦੇ ਨੇ ਤੇ ਦੋ ਗੱਲਾਂ ਅੱਜ ਦੇ ਪ੍ਰੋਗਰਾਮ ਚ ਸਮਝ ਆਈਆਂ ਨੇ ਇੱਕ ਤੇ ਇਹ ਹੈ ਕਿ ਜਿਸ ਤਰ੍ਹਾਂ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਆਪਣੀ ਜਿਹੜੀ ਛੱਤਾਂ ਨੇ ਇਹਨੂੰ ਗ੍ਰੀਨ ਕਰ ਲਓ ਜਿਸ ਤਰ੍ਹਾਂ ਚਾਈਨਾ ਨੇ ਕੀਤੀ ਹੈ ਕੋਈ ਮੁਸ਼ਕਲ ਕੰਮ ਨਹੀਂ ਕੋਈ ਕ੍ਰੀਏਟ ਮਿਲ ਜਾਏ ਕੋਈ ਟੁੱਟੀ ਬਾਲਟੀ ਮਿਲ ਜਾਏ ਜਾਂ ਕੋਈ ਗਮਲਾ ਜਾਂ ਉਹਦੇ ਵਿੱਚ ਤੁਸੀਂ ਲਾ ਸਕਦੇ ਹੋ ਤੇ ਅਗਰ ਕੋਈ ਤੁਹਾਡਾ ਖੁੱਲੀ ਜਗ੍ਹਾ ਕੀ ਕਾਰ ਚ ਤੁਸੀਂ ਉੱਥੇ ਵੀ ਬੜੇ ਸੋਹਣੇ ਪੌਦੇ ਲਾ ਸਕਦੇ ਹੋ ਫੁੱਲਾਂ ਵਾਲੇ ਤੇ ਇਸ ਤੋਂ ਇਲਾਵਾ ਅਸੀਂ ਗੱਲ ਕਰਨੀ ਹੈ ਕਮਰਸ਼ੀਅਲੀ ਤੁਸੀਂ ਕਮਰਸ਼ੀਅਲੀ ਦੇਖੋ ਕਿ ਐਸ ਕਦਰ ਖੂਬਸੂਰਤ ਜਿਹੜੇ ਮੌਸਮੀ ਫੁੱਲ ਆਂਦੇ ਨੇ ਔਰ ਉਹਨਾਂ ਦੀ ਬੜੀ ਕੀਮਤ ਹੁੰਦੀ ਹੈ ਅਸੀਂ ਨਾ ਸਿਰਫ ਇਹ ਫੁੱਲ ਇੱਥੇ ਇਸਤੇਮਾਲ ਕਰ ਰਹੇ ਹਾਂ ਬਲਕਿ ਬਾਹਰ ਦੇ ਮੁਲਕਾਂ ਦੇ ਵਿੱਚ ਅਸੀਂ ਐਕਸਪੋਰਟ ਵੀ ਕਰ ਰਹੇ ਹਾਂ ਅਜ਼ੀਨ ਹੋਰ ਨ ਮਮਸਲੀ ਮਖਤਰ ਖਾਨ ਨਾਲ ਅਸੀਂ ਗੱਲਬਾਤ ਕਰਨੇ ਆ ਸੀਨੀਅਰ ਇਨਸਟ੍ਰਕਟਰ ਨੇ ਇਹਨਾਂ ਨੂੰ ਅਸੀਂ ਪੁੱਛਨੇ ਆ ਕਿ ਜਿਹੜੇ ਲੋਕ ਕਮਰਸ਼ੀਅਲੀ ਤੌਰ ਤੇ ਫੁੱਲ ਉਗਾਉਣੇ ਚਾਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਕਿਸ ਤਰਬੀਅਤ ਦਿੰਦੇ ਹੋ ਜੀ ਜਨਾਬ ਸਲੇਮ ਸਾਹਿਬ ਅੱਛਾ ਇੱਥੇ ਜਿੰਨੇ ਵੀ ਲੋਕ ਆਂਦੇ ਨੇ ਨਾ ਸਾਡੇ ਕੋਲੋ ਸਿੱਕਾ ਨੂੰ ਉਹਨਾਂ ਦੇ ਜ਼ਿਆਦਾਤਰ ਜੋ ਹੈ ਨਾ ਇਹ ਕਮਰਸ਼ੀਅਲ ਫਲੋਰੀਕਲਚਰ ਵਾਲੇ ਹੀ ਹੁੰਦੇ ਨੇ ਜਿਹਦੇ ਵਿੱਚ ਕਮਰਸ਼ੀਅਲ ਫਲੋਰੀਕਲਚਰ ਦੇ ਵਿੱਚ ਇੱਕ ਨਰਸਰੀ ਦਾ ਕੰਮ ਆ ਜਾਂਦਾ ਹੈ ਦੂਸਰਾ ਇਹ ਕਿ ਜੇ ਕਟ ਫਲਾਵਰ ਦਾ ਆ ਜਾਂਦਾ ਹੈ ਔਰ ਕਟ ਫਲਾਵਰ ਦੇ ਜਿਹੜੇ ਨੇ ਮਤਲਬ ਕਿ ਦੋ ਤਿੰਨ ਫੁੱਲ ਨੇ ਛਾੜੇ ਜਿਹਦੇ ਜ਼ਿਆਦਾ ਇਸ ਟਾਈਮ ਕਰੋ ਹੋ ਰਹੇ ਨੇ ਜਿਸ ਗਲੈਡੀਓਲਾ ਸੇ ਟਿਊਬ ਰੋਜ਼ ਹੈ ਲੇਕਿਨ ਅਸੀਂ ਇਹਨਾਂ ਨੂੰ ਜਿਹੜੇ ਲੋਕ ਆ ਰਹੇ ਉਹਨਾਂ ਨੂੰ ਸਟ੍ਰੇਨ ਕਰਕੇ ਜਿਹੜੇ ਜ਼ਿਆਦਾ ਵੈਲਿਊ ਵਾਲੇ ਫੁੱਲ ਨੇ ਜਿਸ ਤਰ੍ਹਾਂ ਜਰਬਰ ਹੈ ਲੀਲੀਅਮ ਹੈ ਉਹਨਾਂ ਦੀ ਤਰਫ ਤੁਹਾਨੂੰ ਨਾ ਆਉਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਜ਼ਰੂਰਤਾਂ ਵੀ ਪੂਰੀ ਕਰਨ ਦੇ ਨਾਲ-ਨਾਲ ਜਿਹੜਾ ਹੈ ਆਪਣੇ ਨੂੰ ਐਕਸਪੋਰਟ ਵੀ ਕਰ ਚਾਹੀਏ ਔਰ ਇਸ ਤਰ੍ਹਾਂ ਨਰਸਰੀ ਮੈਨੇਜਮੈਂਟ ਦੇ ਜਿਹੜੇ ਕੋਰਸਸ ਹੋਏ ਨੇ ਸਾਡੇ 80 ਜਿਹੜੇ ਨਰਸਰੀ ਵਾਲੇ ਉਹਨਾਂ ਨੂੰ ਸਪੈਸ਼ਲ ਇਹ ਕਹਿੰਦੇ ਆ ਕਿ ਜੀ 80 ਜਿਹੜਾ ਹੈ ਐਸੇ ਪੌਦੇ ਤਿਆਰ ਕਰੀਏ ਜ ਜਿਹਦੇ ਮਤਲਬ ਹੈ ਐਕਸਪੋਰਟ ਕੁਆਲਟੀ ਦੇ ਹੋਣ ਜਦੇ ਵਿੱਚ ਮਤਲਬ ਹੈ ਕਿ ਉਸ ਵਿੱਚ ਇੱਕ ਜ਼ਰੂਰੀ ਚੀਜ਼ ਹੋਣੀ ਹੈ ਕਿ ਸਾਇਲਸ ਮੀਡੀਆ ਹੋਣਾ ਚਾਹੀਦਾ ਕਿਉਂਕਿ ਜਿਹੜੇ ਮਿੱਟੀ ਵਾਲੇ ਪੌਦੇ ਹੁੰਦੇ ਨੇ ਐਕਸਪੋਰਟ ਨਹੀਂ ਹੋ ਸਕਦੇ ਮਤਲਬ ਕਿ ਜਿਹੜਾ ਨਾ ਕੁਆਰੈਂਟਾਈਨ ਮੀਜਰਸ ਇਹਦੇ ਵਿੱਚ ਉਹ ਰੁਕਾਵਟ ਆ ਜਾਂਦੀ ਔਰ ਇਸ ਵਜ੍ਹਾ ਦੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਇਲੈਂਸ মিডিਆ ਹੈ ਉਸ ਨੂੰ ਅਸੀਂ ਡਿਵੈਲਪ ਕਰਕੇ ਉਸ ਪ੍ਰੋਜੈਕਟ ਨੂੰ ਇੱਕ ਪ੍ਰੋਪੋਜ਼ ਕਰ ਰਹੇ ਹਾਂ ਸਾਇਲੈਂਸ মিডিਆ ਦਾ ਪਰਬੇਥੂ ਤਾਂ ਕਿ ਅਸੀਂ ਇਹ ਮੀਡੀਆ ਡਿਵੈਲਪ ਕਰਕੇ ਨਰਸਰੀ ਓਨਰ ਨੂੰ ਅਸੀਂ ਮਤਲਬ ਇੱਕ ਫਾਰਮੂਲੇਸ਼ਨ ਦੇ ਦਈਏ ਔਰ ਇਹ ਟੈਕਨੋਲੋਜੀ ਦੇ ਦੇਈਏ ਤਾਂ ਕਿ ਉਹ ਅੱਗੇ ਆਉਣ ਤੇ ਵਕਤ ਦੇ ਵਿੱਚ ਉਹ ਆਪਣੀ ਇਸ ਟੈਕਨੋਲੋਜੀ ਨੂੰ ਐਡਾਪਟ ਕਰਕੇ ਆਪਣੇ ਤੌਰ ਤੇ ਮੀਡੀਆ ਤਿਆਰ ਕਰਨ ਔਰ ਪੌਦੇ ਜੋ ਐਕਸਪੋਰਟ ਕਰਨ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅੱਜ ਦਾ ਜਿਹੜਾ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਅਸੀਂ ਜਿਹੜੀ ਸਾਨੂੰ ਸਮਝ ਆਈ ਏ ਉਹ ਇਹ ਕੀ ਏ ਕਿ ਅਸੀਂ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਵੀ ਜਿਹੜੇ ਨੇ ਫੁੱਲ ਲਗਾ ਸਕਨੇ ਆ ਅਗਰ ਕੋਈ ਸੇਹ ਨੇ ਉੱਥੇ ਵੀ ਫੁੱਲ ਲਗਾ ਸਕਨੇ ਆ ਤੇ ਜੇ ਕੋਈ ਖੁੱਲੀ ਥਾਂ ਹੈ ਪਿੰਡਾਂ ਦੇ ਵਿੱਚ ਵਿਦਾਤਾਂ ਦੇ ਵਿੱਚ ਤੇ ਫਿਰ ਤੇ ਤੁਹਾਡੇ ਕੋਲ ਜਗ੍ਹਾ ਜਗ੍ਹਾ ਇਹਦੇ ਨਾਲ ਨਾਲ ਅਸੀਂ ਕਮਰਸ਼ਲ ਪੇਮਾਨੇ ਤੇ ਯਾਨੀ ਐਕਸਪੋਰਟ ਕੁਆਲਿਟੀ ਦੇ ਜਿਹੜੇ ਫੁੱਲ ਨੇ ਉਹ ਪੈਦਾ ਕਰਕੇ ਤੇ ਅਸੀਂ ਬਾਹਰ ਵੀ ਭੇਜਣੇ ਨੇ ਤੇ ਫੁੱਲ ਤਾਂ ਪਤਾ ਬਹੁਤ ਜਗ੍ਹਾ ਤੇ ਇਸਤੇਮਾਲ ਹੁੰਦੇ ਨੇ ਖੁਸ਼ੀ ਚ ਗਮ ਚ ਹਰ ਜਗ੍ਹਾ ਫੁੱਲਾਂ ਦਾ ਇਸਤੇਮਾਲ ਹੈ ਫੁੱਲ ਜਿਹੜੇ ਨੇ ਇਹ ਮੁਹੱਬਤ ਦਾ ਪੈਗਾਮ ਹੈਗਾ ਸਾਨੂੰ ਤੇ ਇਹ ਪੈਗਾਮ ਨੂੰ ਅਸੀਂ ਸਾਰੇ ਨੇ ਮਿਲ ਕੇ ਫਲਾਣਾ ਹੈ ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਬਿਲਕੁਲ ਮੁੱਕਦਾ ਹੈ ਇਜਾਜ਼ਤ ਦਿਓ ਅੱਲਾ ਬੇ